Yes. Sorry? Taxi? No. We don't need taxi. Is the cab? Yeah. Yes. Sorry? Taxi? No. We don't need taxi. Is the cab? Yeah. ਹਾਂ ਜੀ ਦੋਸਤੋ, ਇਸ ਵੇਲੇ ਖੜ੍ਹੇ ਹੋਏ ਹਾਂ ਲਿਸਬਨ ਸ਼ਹਿਰ ਦੇ ਵਿੱਚ। ਪੁਰਤਗਾਲ ਦੀ ਰਾਜਧਾਨੀ ਵੀ ਹੈ, ਕੈਪੀਟਲ ਵੀ ਹੈ ਅਤੇ ਮੇਨ ਏਅਰਪੋਰਟ ਦੇ ਉੱਤੇ। ਸੋ ਇੱਕ ਖਾਸ ਗੱਲਬਾਤ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਿਆਂ, ਜਾਣਕਾਰੀ ਦੇਣ ਲੱਗਿਆਂ ਕਿ ਪੰਜਾਬੀ ਜਿਹੜੇ ਹੈ, ਜਿਹੜੇ ਇੱਥੇ ਆਉਂਦੇ ਨੇ, ਉਹ ਲੁੱਟੇ ਨਾ ਜਾਣ। ਦੋਸਤੋ, ਲਿਸਬਨ ਏਅਰਪੋਰਟ ਦੇ ਉੱਤੇ ਇੱਕ ਬਹੁਤ ਵੱਡੀ ਠੱਗੀ ਚੱਲਦੀ ਹੈ। ਜਦੋਂ ਤੁਸੀਂ ਅਰਾਈਵਲ ਰਾਹੀਂ ਬਾਹਰ ਆਉਂਦੇ ਹੋ ਏਅਰਪੋਰਟ ਤੋਂ, ਤਾਂ ਤੁਹਾਨੂੰ ਕੁਝ ਲੋਕ ਜਿਹੜੇ ਨੇ ਉਹ ਪੁੱਛਦੇ ਆ ਕਿ ਤੁਹਾਨੂੰ ਟੈਕਸੀ ਚਾਹੀਦੀ ਹੈ। ਸੋ ਜੇਕਰ ਤੁਸੀਂ ਉਹਨਾਂ ਨੂੰ ਯੈਸ ਕਰ ਦਿੰਦੇ ਹੋ ਕਿ ਹਾਂ ਚਾਹੀਦੀ, ਉਹ ਤੁਹਾਨੂੰ ਆਪਣੇ ਨਾਲ ਲੈ ਕੇ ਤੁਰ ਪੈਂਦੇ ਨੇ। ਬਾਹਰ ਜਾ ਕੇ ਉਹ ਫੋਨ ਕਰਦੇ ਆ, ਆਪਣੀ ਜੇਬ 'ਚੋਂ ਫੋਨ ਕੱਢਦੇ ਆ, ਅਤੇ ਫਿਰ ਇੱਕ ਗੱਡੀ ਆਉਂਦੀ ਆ। ਉਹ ਗੱਡੀ ਜਿਹੜੀ ਕਾਰ ਜਿਹੜੀ ਆ ਆਉਂਦੀ ਹੈ, ਉਹਦੇ ਉੱਤੇ ਕੋਈ ਵੀ ਸਾਈਨ ਨਹੀਂ ਹੁੰਦਾ ਟੈਕਸੀ ਦਾ, ਪਰ ਤੁਹਾਨੂੰ ਉਹ ਕਹਿੰਦੇ ਨੇ ਕਿ ਇਹ ਟੈਕਸੀ ਹੈਗੀ ਆ, ਤੁਸੀਂ ਇਹਦੇ ਵਿੱਚ ਬੈਠ ਜਾਓ। ਤੁਸੀਂ ਉਹ ਬਹਿ ਜਾਂਦੇ ਹੋ, ਫਿਰ ਗੱਡੀ ਜਿਹੜੀ ਟੈਕਸੀ ਆ ਉਹ ਤੁਹਾਨੂੰ ਲੈ ਕੇ ਤੁਰ ਪੈਂਦੀ ਹੈ, ਜਿਹੜੀ ਫੇਕ ਟੈਕਸੀ ਹੁੰਦੀ ਆ ਉਹ ਤੁਹਾਨੂੰ ਲੈ ਕੇ ਤੁਰ ਪੈਂਦੀ ਆ। 4-5 ਕਿਲੋਮੀਟਰ ਦਾ ਸਫ਼ਰ ਜਦੋਂ ਤੁਸੀਂ ਤੈਅ ਕਰ ਲੈਂਦੇ ਹੋ, ਡੈਸਟੀਨੇਸ਼ਨ 'ਤੇ ਪਹੁੰਚਦੇ ਹੋ, ਤਾਂ ਫਿਰ ਉਹ ਕਹਿੰਦੇ ਨੇ ਕਿ ਆਹ ਦੇਖ ਲਓ ਜੀ, ਤੁਹਾਡਾ ਬਿੱਲ ਬਣ ਗਿਆ। ਬਿੱਲ ਕਿੰਨਾ ਹੁੰਦਾ 4-5 ਕਿਲੋਮੀਟਰ ਦਾ? 220 ਪਾਉਂਡ, ਯਾਨੀ ਕਿ 220 ਯੂਰੋ, ਜਾਂ ਫਿਰ 250 ਯੂਰੋ, 150 ਯੂਰੋ ਜਿਹੜਾ ਉਹ ਬਣਾ ਦਿੰਦੇ ਆ। ਸੋ ਜੇ ਤੁਸੀਂ ਨਹੀਂ ਦਿੰਦੇ, ਫਿਰ ਤੁਹਾਡੇ ਨਾਲ ਲੜਦੇ ਆ ਅਤੇ ਉੱਥੇ ਤੁਹਾਨੂੰ ਲੁੱਟ ਵੀ ਸਕਦੇ ਨੇ। ਸੋ ਇਹ ਬਹੁਤ ਵੱਡੀ ਠੱਗੀ ਚੱਲ ਰਹੀ ਹੈ। ਮੈਨੂੰ ਨਹੀਂ ਪਤਾ ਕਿ ਕਿਉਂ ਇੱਥੋਂ ਦੀ ਪੁਲਿਸ ਜਿਹੜੀ ਇਸ ਵੱਲ ਧਿਆਨ ਨਹੀਂ ਦਿੰਦੀ, ਸ਼ਰੇਆਮ ਉਹ ਟੈਕਸੀ ਟੈਕਸੀ ਕਰਕੇ ਲੋਕਾਂ ਨੂੰ ਲੁੱਟਦੇ ਆ। ਸੋ ਜੇ ਦਿਨੇ ਤੁਸੀਂ ਇਹ ਫੇਕ ਟੈਕਸੀ 'ਚ ਬਹਿ ਜਾਂਦੇ ਹੋ, ਫਿਰ ਤਾਂ ਸਿਰਫ ਤੁਹਾਡੇ ਨਾਲ ਪੈਸੇ ਵਾਲੀ ਠੱਗੀ ਹੁੰਦੀ ਹੈ, ਅਤੇ ਜੇ ਤੁਸੀਂ ਰਾਤ ਨੂੰ ਕਿਤੇ ਬਹਿ ਜਾਓ ਹਨੇਰੇ ਦੇ ਵਿੱਚ, ਫਿਰ ਇਹ ਜੰਗਲ ਵਾਲੇ ਏਰੀਏ ਦੇ ਵਿੱਚ ਲਿਜਾ ਕੇ ਅਤੇ ਤੁਹਾਨੂੰ ਲੁੱਟ ਲੈਂਦੇ ਆ, ਸਾਰਾ ਕੁਝ ਲੁੱਟਿਆ ਜਾਂਦਾ। ਸੋ ਲਿਸਬਨ ਪੁਰਤਗਾਲ ਦੇ ਏਅਰਪੋਰਟਾਂ ਦੇ ਉੱਤੇ ਸਭ ਕੁਝ ਚੱਲ ਰਿਹਾ ਹੈਗਾ। ਸੋ ਕਰਨਾ ਕੀ ਚਾਹੀਦਾ? ਕਰਨਾ ਇਹ ਚਾਹੀਦਾ ਵੀ ਇੱਕ ਤਾਂ ਬਲੈਕ ਕੈਬ ਹੈ ਜਿਹੜੀ ਟੈਕਸੀ ਹੁੰਦੀ ਹੈ, ਜਿਵੇਂ ਆਹ ਤੁਸੀਂ ਇੱਕ ਅੱਧੀ ਟੈਕਸੀ ਪਿੱਛੇ ਦੇਖ ਵੀ ਰਹੇ ਹੋ, ਆਹ ਵਾਈਟ ਕਲਰ ਦੀ ਹੈਗੀ ਆ, ਜਾਂ ਫਿਰ ਇੱਥੇ ਹੋਰ ਬਲੈਕ ਜਿਹੜੀਆਂ ਟੈਕਸੀਆਂ ਹੈਗੀਆਂ ਉਹ ਜਿਹੜੀਆਂ ਚੱਲਦੀਆਂ, ਜਾਂ ਫਿਰ ਸਭ ਤੋਂ ਵਧੀਆ ਸੋਲਿਊਸ਼ਨ ਹੈ ਕਿ ਊਬਰ ਦੀ ਐਪ ਜਿਹੜੀ ਹੈ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਤੁਸੀਂ ਕਿਸੇ ਵੀ ਮੁਲਕ 'ਚੋਂ ਆ ਰਹੇ ਹੋ, ਇੰਡੀਆ ਰਹਿੰਦੇ ਹੋ ਜਾਂ ਕਿਤੇ ਇੰਗਲੈਂਡ ਰਹਿੰਦੇ ਹੋ ਸਾਡੇ ਵਾਂਗੂ, ਸੋ ਤੁਹਾਡੇ ਊਬਰ ਦੀ ਐਪ ਇੰਸਟਾਲ ਹੋਣੀ ਚਾਹੀਦੀ ਹੈ, ਕਿਉਂਕਿ ਉਹ ਵਰਲਡ ਵਾਈਡ ਚੱਲਦੀ ਹੈ। ਤੁਸੀਂ ਬਾਹਰ ਆਓ, ਆ ਕੇ ਤੁਸੀਂ ਊਬਰ ਦੇ ਉੱਤੇ ਐਡਰੈਸ ਪਾਉਣਾ ਅਤੇ ਤੁਹਾਨੂੰ ਉਹ ਟੈਕਸੀ ਮਿਲ ਜੂਗੀ। ਅਤੇ ਜਿਹੜਾ ਸਫ਼ਰ ਫੇਕ ਟੈਕਸੀਆਂ ਵਾਲੇ 200 ਯੂਰੋ ਬਣਾ ਲੈਂਦੇ ਆ, ਊਬਰ ਦਾ ਉਹੀ ਸਫ਼ਰ ਜਿਹੜਾ ਹੈਗਾ 7-8 ਯੂਰੋਆਂ ਦੇ ਵਿੱਚ ਹੋ ਜਾਂਦਾ। ਸੋ ਇਹ ਬਹੁਤ ਵੱਡੀ ਜਾਣਕਾਰੀ, ਇਹਨੂੰ ਸਾਂਝੀ ਕਰਦੇ ਹੋ ਸਾਰਿਆਂ ਦੇ ਨਾਲ, ਕਿਉਂਕਿ ਇਹ ਠੱਗੀ ਜਿਹੜੀ ਆ ਇੱਥੇ ਆਮ ਹੁੰਦੀ ਆ ਲੋਕਾਂ ਦੇ ਨਾਲ। ਬਹੁਤ ਧੰਨਵਾਦ, ਚੜ੍ਹਦੀ ਕਲਾ 'ਚ ਰਹੋ।